ਇਹ ਬੁਲਾਰੇ ਤਕਣੇ ਹੈ ਉਹਨਾਂ ਨੂੰ ਬੇਨਤੀ ਕਰਦਾ ਕਿ 5 ਮਿੰਟਾਂ ਵਾਸਤੇ ਆਪਣੇ ਹਾਜ਼ਰੀ ਲਵਾਉਣਗੇ ਭਾਈ ਅਮਰੀਕ ਸਿੰਘ ਜੀ ਕੋਸਾਪੁਰ ਦਾ। ਵਾਹਿਗੁਰੂ ਜੀ ਕਾ ਖਾਲਸਾ ਔਰ ਵਾਹਿਗੁਰੂ ਜੀ ਕੀ ਫਤਿਹ। ਇਹ ਮੈਨੂੰ ਲੱਗਾ ਕਿ ਤੁਹਾਨੂੰ ਵੀ ਲੱਗਿਆ ਗੱਲ ਜਿਹੜੀ ਬੜੀ 1699 ਤੋਂ ਲੈ ਕੇ 1600 ਤੋਂ ਲੈ ਕੇ 1699 ਤੱਕ ਧਿਆਨ ਮਾਰਿਓ 33 ਸਾਲ ਹੀ ਬਣਦੇ ਆ ਤੇ 33 ਸਾਲਾਂ ਦੇ ਵਿੱਚ ਸਾਨੂੰ ਕੀ ਕੁਝ ਦਿੱਤਾ ਉਹਨਾਂ ਨੇ। ਤੰਬੂ ਦੇ ਵਿੱਚ ਤਲਵਾਰ ਚੱਲੀ, ਇੱਕ ਆਵਾਜ਼ ਆਈ, ਆਏ ਲੱਗਾ ਵੀ ਜਿਹੜਾ ਸਹਿਰਾ ਧੜ ਤੋਂ ਅੱਡ ਹੋ ਗਿਆ, ਜਕਾਰੇ ਲੱਗੇ ਤੇ ਮੈਂ ਫਤਿਹ ਬੁਲਾਈ, ਤੁਸੀਂ ਇਹਨਾਂ ਗੱਜ ਕੇ ਦੀ ਆਖਿਆ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਤਾਂ ਚੰਗੀ ਗੱਲ ਸੀ, ਤੁਸੀਂ ਮੇਰੇ ਮਗਰ ਲੱਗ ਗਏ, ਉਹਨਾਂ ਦੇ ਮਗਰ ਲਾ ਕੇ ਤੁਹਾਨੂੰ ਤੁਹਾਡੇ ਘਰ ਜਾੜਤੇ। ਉਹ ਜਾੜੇ ਕਿ ਨਹੀਂ ਜਾੜੇ, ਮੈਂ ਕਿਸੇ ਦੀ ਗੱਲ ਨਹੀਂ ਕਰਦਾ, ਮੈਂ ਆਪਣੇ ਘਰ ਦੀ ਗੱਲ ਸੁਣਾਉਣ ਲੱਗਿਆ। ਬਾਈ ਜੀ ਕਹਿੰਦੇ 10 ਮਿੰਟ ਲਾ ਲਈ, ਮੈਂ 5-4 ਮਿੰਟ ਦੇ ਵਿੱਚ ਨਿਬੇੜ ਦਿੰਦਾ, ਮੇਲੇ ਮੈਨੂੰ 5 ਮਿੰਟ ਸੀਗੇ। ਭਾਈ ਸਾਹਿਬ ਕਹਿੰਦੇ 10 ਮਿੰਟ, ਮੈਂ ਜ਼ਿਆਦਾ ਨਹੀਂ ਆਪਣੇ ਘਰ ਦੀ ਗੱਲ ਕਰਨੀ, ਮੈਨੂੰ ਕਿਸੇ ਦਾ ਕੋਈ ਮਤਲਬ ਨਹੀਂ। 1980 ਦੇ ਵਿੱਚ ਸਰਦਾਰ ਨਛੱਤਰ ਸਿੰਘ ਦਾ ਵਿਆਹ ਮਾਂ ਕੁਲਦੀਪ ਕੌਰ ਨਾਲ ਹੋ ਗਿਆ, ਉਹਨਾਂ ਦੇ ਘਰੇ 9 ਸਾਲ ਬੱਚਾ ਨਾ ਹੋਇਆ। 1999 ਦੇ ਵਿੱਚ 9 ਸਾਲਾਂ ਬਾਅਦ ਉਹਨਾਂ ਦੇ ਘਰੇ ਬੱਚਾ ਹੋਇਆ। ਬੜੀਆਂ ਸ਼ਹਿਨਾਈਆਂ ਵੱਜੀਆਂ, ਭੰਗੜੇ ਪਾਏ, ਵੀ ਨਛੱਤਰ ਸਿੰਘ ਦੇ ਘਰ ਇੱਕ ਪੁੱਤ ਨੇ ਜਨਮ ਲਿਆ। 8 ਮਹੀਨਿਆਂ ਦਾ ਹੋਇਆ, ਪਹਿਲਾਂ ਨਾਂ ਉਹਨਾਂ ਨੇ ਮਾਪਿਆਂ ਨੇ ਰੱਖ ਦਿੱਤਾ, ਨਾਂ ਜੋ ਵੀ ਰੱਖਿਆ। 8 ਮਹੀਨਿਆਂ 9 ਮਹੀਨਿਆਂ ਦਾ ਬੱਚਾ ਹੌਲੀ ਹੌਲੀ ਬੱਚੇ ਦੇ ਨਾਲ ਨਾ ਜਿਵੇਂ ਮਾਂ ਨੂੰ ਚਾਅ ਹੁੰਦਾ, ਮੇਰਾ ਪੁੱਤ ਤੁਰਨ ਲੱਗ ਪਿਆ, ਉਹ ਬੱਚਾ ਤੁਰਨ ਲੱਗ ਪਿਆ। ਉਹ ਬੱਚੇ ਨੂੰ ਇੱਕ ਨਾ ਮੁਰਾਦ ਬਿਮਾਰੀ ਨੇ ਘੇਰ ਲਿਆ, ਜਿਹਨੂੰ ਪੋਲੀਆ ਕਹਿ ਦਿੰਦੇ ਆ। ਮਾਂ ਨੇ ਬੜੇ ਗੁਰੂ ਘਰ ਜਾ ਕੇ ਨੱਕ ਰਗੜੇ, ਗੋਡੇ ਰਗੜੇ ਕਿ ਰੱਬਾ ਮੈਨੂੰ ਇਹਦੇ ਨਾਲ ਦੇ ਪੁੱਤ ਦਿੱਤਾ ਨਾ। ਪਿਓ ਨੇ ਦਿਹਾੜੀ ਜਾਣਾ, 2-4-5-10 ਰੁਪਏ ਦਿਹਾੜੀ ਹੁੰਦੀ ਸੀਗੀ ਉਦੋਂ। ਉਹ ਮਾਂ ਨੇ ਪਿਓ ਨੇ ਕਮਾ ਕੇ ਲਿਆਉਣਾ ਤੇ ਮਾਂ ਨੇ ਡਾਕਟਰ ਦੇ ਪੁੱਤ ਨੂੰ ਚੱਕੜਾ ਲੈ ਜਾਣਾ। ਨਹੀਂ ਰਾਮ ਆਇਆ, ਹੋਰ ਆਸ ਜਾਗੀ ਵੀ ਹੋਰ ਬੱਚਾ ਲੈ ਲਈਏ, ਵੀ ਇਹ ਤੇ ਹੁਣ ਮਾਂ ਨੇ ਪਰ ਆਸ ਨਹੀਂ ਛੱਡੀ। ਫਿਰ ਬੱਚਾ ਇੱਕ ਧੀ ਨੇ ਜਨਮ ਲਿਆ ਉਹਨਾਂ ਦੇ ਘਰੇ, ਧੀ ਤੋਂ ਬਾਅਦ ਫਿਰ ਇੱਕ ਪੁੱਤਰ ਨੇ ਜਨਮ ਲਿਆ, ਪੁੱਤ ਸਹੀ ਸਲਾਮਤ। ਮਾਂ ਨੇ ਬਹੁਤ ਮਾਂ ਨੂੰ ਖੁਸ਼ੀ ਹੋਈ ਵੀ ਮੇਰੇ ਵੱਡੇ ਪੁੱਤ ਨੂੰ ਸਾਂਭਣ ਦੇ ਲਈ ਮੇਰੇ ਘਰੇ ਰੱਬ ਨੇ ਪੁੱਤ ਵੀ ਦਿੱਤਾ। ਮਾਪਿਆਂ ਨੇ ਨਾਂ ਜਗਸੀਰ ਸਿੰਘ ਰੱਖ ਦਿੱਤਾ। ਮਾਂ ਨੇ ਬੜੇ ਲਾਡਾਂ ਚਾਵਾਂ ਦੇ ਨਾਲ ਉਹ ਪੁੱਤ ਨੂੰ ਜਵਾਨ ਕਰ ਲਿਆ, 6.5 ਫੁੱਟ ਕੱਦ ਹੋ ਗਿਆ ਉਹਦਾ। ਉਹ ਮਾਂ ਦੇ ਘਰੇ 2 ਧੀਆਂ ਸੀ ਤੇ ਇੱਕ ਪੁੱਤ ਸੀ ਜਿਹੜਾ ਪੋਲੀਓ ਦਾ ਸ਼ਿਕਾਰ ਸੀ, ਜਿਹੜਾ ਕੁਛ ਨਹੀਂ ਕਰ ਸਕਦਾ ਸੀਗਾ, ਜਿਹਨੂੰ ਚੱਕ ਕੇ ਬਿਠਾਉਂਦੇ ਸੀ, ਚੱਕ ਕੇ ਇੱਥੇ ਰੱਖਦੇ ਸੀਗੇ। ਮਾਂ ਨੇ ਕਹਿਣਾ ਕੋਈ ਗੱਲ ਨੀ ਰੱਬਾ, ਕੋਈ ਸ਼ਿਕਮਾ ਨਹੀਂ ਰਿਹਾ ਤੇਰੇ ਦਾ, ਤੂੰ ਮੈਨੂੰ ਪੁੱਤ ਦਿੱਤਾ, ਇਹ ਮੇਰਾ 6.5 ਫੁੱਟ ਇਹਦਾ ਕੱਦ ਹੈ ਮੇਰੇ ਪੁੱਤ ਦਾ, ਇਹ ਮੇਰੇ ਵੱਡੇ ਪੁੱਤ ਨੂੰ ਸੰਭਾਲ ਲਿਆ ਕਰੂਗਾ ਮੇਰੇ ਜਾਣ ਤੋਂ ਬਾਅਦ, ਕਿਉਂਕਿ ਮਾਂ ਨੂੰ ਇਹ ਸੀ ਮੈਂ ਸਦਾ ਥੋੜਾ ਬਿਠੀ ਰਹਿਣਾ। ਇੱਕ ਧੀ ਸੀ ਉਹਨਾਂ ਦੇ ਘਰ, 2 ਧੀਆਂ ਤੇ 2 ਪੁੱਤ ਸੀ ਉਹਨਾਂ ਦੇ ਘਰੇ, ਵੱਡਾ ਸੀਗਾ ਪੋਲੀਓ ਦਾ ਸ਼ਿਕਾਰ ਸੀਗਾ। ਮਾਂ ਨੇ ਜਵਾਨ ਕਰ ਲਏ, ਬੜੇ ਚਾਅ ਬੜੀਆਂ ਖੁਸ਼ੀਆਂ ਮਨਾਈਆਂ। ਮਾਂ ਨੇ ਕਿਹਾ ਕਿ ਮੇਰਾ ਵੱਡਾ ਪੁੱਤ ਹੁਣ ਨਹੀਂ ਰੋਂਦਾ, ਕਿਉਂਕਿ ਮੇਰੇ ਛੋਟੇ ਪੁੱਤ ਨੇ ਉਹਨੂੰ ਸਾਂਭ ਲੈਣਾ। 27-28 ਸਾਲ ਦੀ ਉਮਰ ਹੋ ਗਈ ਉਹਦੀ, ਉਹ ਮੁੰਡੇ ਦੀ ਜਿਹੜਾ ਛੋਟਾ ਮੁੰਡਾ ਸੀਗਾ, ਉਦੋਂ ਕੁਛ ਟਾਈਮ ਪਹਿਲਾਂ ਉਹਦਾ ਵਿਆਹ ਵੀ ਕਰ ਦਿੱਤਾ ਮਾਪਿਆਂ ਨੇ, ਵਿਆਹ ਕਰ ਦਿੱਤਾ, ਉਹਦੇ ਘਰੇ 2 ਧੀਆਂ ਨੇ ਜਨਮ ਲਿਆ। ਜਦੋਂ 28 ਸਾਲ ਦੀ ਉਮਰ ਸੀ ਉਹਦੇ ਘਰੇ ਜਿਹੜੀ ਧੀ ਸੀ ਛੋਟੀ, 1 ਸਾਲ ਦੀ ਸੀਗੀ, ਪੂਰੇ ਸਾਲ ਦੀ ਵੀ ਨਹੀਂ ਹੋਈ ਸੀ। ਵੱਡੀ ਧੀ ਸੀ ਉਹਦੇ ਘਰੇ 6 ਸਾਲਾਂ ਦੀ ਸੀਗੀ, 2 ਧੀਆਂ ਸੀ ਉਹ ਮੁੰਡੇ ਦੇ ਘਰੇ ਜਿਹਦੀ ਮੈਂ ਗੱਲ ਕਰਦਾ, ਜਿਹੜਾ 28 ਸਾਲਾਂ ਦਾ ਸੀਗਾ। ਸਰਕਾਰਾਂ ਦੇ ਇੱਦਾਂ ਚਾਲਾਂ ਖੇਡੀਆਂ ਉਹਨਾਂ ਨੇ ਆਪਣੇ ਘਰ ਭਰਨ ਦੇ ਲਈ, ਚਿੱਟਾ ਨਸ਼ਾ ਜਿਹੜਾ ਹੈ। ਉਹ 28 ਸਾਲਾਂ ਦਾ ਮੁੰਡਾ ਪਤਾ ਨਹੀਂ ਕਿਸੇ ਫਿਕਰਾਂ ਕਰਕੇ, ਪਤਾ ਨਹੀਂ ਕਿਸੇ ਦੀ ਚੱਕ ਦੇ ਵਿੱਚ ਆ ਕੇ ਉਹ ਚਿੱਟਾ ਪੀਣ ਲੱਗ ਪਿਆ। ਕੋਈ ਘਰ ਦੇ ਵਿੱਚ ਮਰਲਾ ਜ਼ਮੀਨ ਦਾ ਨਹੀਂ ਸੀਗਾ, ਇੱਕ ਮਰਲਾ ਵੀ ਜ਼ਮੀਨ ਦਾ ਨਹੀਂ ਸੀਗਾ। ਉਹਦਾ ਵੱਡੇ ਭਰਾ ਦੀ ਵੀ ਰੱਬ ਨੇ ਸੁਣ ਲਈ, ਉਹ ਮਾੜਾ ਮੋਟਾ ਮੇਲਿਆਂ ਤੇ ਜਾ ਕੇ ਟੂਰਨਾਮੈਂਟਾਂ ਤੇ ਜਾ ਕੇ ਕਮੈਂਟਰੀ ਕਰਨ ਲੱਗ ਪਿਆ। ਉਹਦੇ ਵੀਜੇ ਵੂਜੇ ਬਾਹਰਲੇ ਲੱਗ ਗਏ, ਉਹਨੇ ਦੁਨੀਆਂ ਘੁੰਮ ਲਈ। ਮਾਂ ਨੂੰ ਹੋਰ ਚਾਅ ਚੜਿਆ ਵੀ ਮੇਰੇ ਪੁੱਤ ਨੇ ਸਾਰੀ ਦੁਨੀਆਂ ਘੁੰਮ ਲਈ, ਆਸਟ੍ਰੇਲੀਆ, ਕੈਨੇਡਾ, ਇੰਗਲੈਂਡ, ਕੋਈ ਦੇਸ਼ ਨਹੀਂ ਸੱਦਿਆ। ਬੜੇ ਸਨਮਾਨ ਹੋਣ ਲੱਗ ਪਏ। ਜਿਹੜਾ ਉਹ ਛੋਟਾ ਭਰਾ ਸੀਗਾ ਉਹਨੂੰ ਪਤਾ ਨਹੀਂ ਕਿਹੜਾ ਫਿਕਰ ਸਤਾਉਂਦਾ ਸੀ, ਪਤਾ ਨਹੀਂ ਕਿਉਂ ਕਿਸੇ ਦੇ ਮਗਰ ਲੱਗ ਕੇ ਚੰਦਰਾ ਚਿੱਟਾ ਪੀਣ ਲੱਗ ਪਿਆ। ਜਦੋਂ ਚਿੱਟਾ ਪੀਣ ਲੱਗ ਪਿਆ ਨਾ, ਮਾਂ ਨੂੰ ਬੜੇ ਫਿਕਰ ਰਹਿਣ ਲੱਗ ਪਏ। ਮਾਂ ਬਹੁਤ ਰੋਂਦੀ ਸੀ। ਉਦੋਂ ਵੀ ਮਾਂ ਨੇ ਕਿਹਾ ਮੈਨੂੰ ਇਹਦੇ ਨਾਲੋਂ ਇੱਕ ਧੀ ਹੋਰ ਦੇ ਦਿੰਦਾ, ਮੈਂ ਇਹਨੂੰ ਵਿਆਹ ਕੇ ਕਿਤੇ ਹੋਰ ਤੋੜ ਦਿੱਤੀ, ਜਾਂ ਰੱਬਾ ਮੈਨੂੰ ਉਹੀ ਬਖਸ਼ ਦਿੰਦਾ ਜਿਹੜਾ ਪੁੱਤ ਮੇਰੇ ਕੋਲੇ ਪਹਿਲਾਂ ਸੀ ਜਦੋਂ ਤੁਰਿਆ ਨਹੀਂ ਜਾਂਦਾ ਸੀ, ਮੈਂ ਕੀ ਲੈਣਾ ਸੀ ਉਹਤੋਂ। ਮਾਂ ਫਿਰ ਰੋਣ ਲੱਗ ਗਈ, ਫਿਕਰਾਂ ਦੇ ਵਿੱਚ ਮਾਂ ਚਲੀ ਗਈ ਉਹ ਦੁਨੀਆਂ ਤੋਂ। ਮਾਂ ਚਲੀ ਗਈ, ਉਹ ਫਿਰ ਪਰਿਵਾਰ ਤੇ ਪਹਾੜ ਟੁੱਟਿਆ। ਸਾਰੇ ਬਹੁਤ ਰੋਂਦੇ ਸੀ ਕਿ ਮਾਂ ਚਲੀ ਗਈ, ਸਾਡੇ ਘਰ ਦਾ ਕੀ ਬਣੂਗਾ। ਉਹ ਫਿਰ ਏਦਾਂ ਕਹਿਣ ਲੱਗ ਪਿਆ ਆਪਣੇ ਵੱਡੇ ਭਰਾ ਨੂੰ ਜਿਹਦੀ ਮੌਤ ਹੋਈ ਚਿੱਟੇ ਦੇ ਨਾਲ, ਕਹਿਣ ਲੱਗ ਗਿਆ ਮੇਰਾ ਜੀ ਕਰਦਾ ਮੈਂ ਮਾਂ ਦੇ ਮਗਰੇ ਤੁਰ ਜਾਊਂ।
मेरी मां बहुत रोती थी, पर फिर एक दिन ऐसा आया वह इतना उन्हें नशा बता लिया, वह चिट्टे दियां सरिंजां लाउण लग पिया, चिट्टे दे टीके लाउण लग पिया, एक दुनिया तो चला गया। घरे कौन रह गया? दो भैणां रह गईआं जिहदीआं लत्तां नूं गोलियां होईआं, दो तीआं उहदीआं रह गईआं, जिहड़ा चिट्टा लाउंदा सी दो तीआं उहदीआं, चार तीआं रह गईआं उह घरे, ते दो उहनां दीआं भैणां रह गईआं उहनां दे घरे। बुढ़ा बाप रह गया जिहदी 75-80 साल उमर है, घर उजड़ गया ना, वह कोई होर नहीं वह मैं आ। अमरीक है मैं अपने दल से आया, जो पलिया मेरे घरे विसिया ना मैं भुब्बा मार मार रोंदा सी, मेरे प्यो ने मेरे भरा नूं की आख्या, मेरे पुत्ता वाले भरा नूं की आख्या, कहिंदा पुत्त एक रीख सी मेरी, अमरीक तो तुरिया नहीं जांदा सी, ते पुत्त मेरा जी करदा सी कि मैं तेरे मोढ़िआं ते जावां, पर मैं तैनूं अज मोढ़िआं ते लैके चलिआ। ਉਹ ਕਿਸੇ ਘਰ ਦੀ ਘਾੜੀ ਨਹੀਂ, ਉਹ ਮੇਰੇ ਘਰ ਦੀ ਘਾੜੀ ਹੈ। ਲਾਇਆ ਕਿਹਨੇ ਨਸ਼ੇ ਤੇ? ਇਹਨਾਂ ਸਰਕਾਰਾਂ ਨੇ ਆਪਣੇ ਘਰ ਭਰਦੇ ਲਈ ਸਾਡਾ ਘਰ ਉਜਾੜਤਾ। ਮੇਰੇ ਘਰੇ ਜਾ ਕੇ ਦੇਖਿਓ ਕਦੇ, ਨਿੱਕੇ ਨਿੱਕੇ ਬੱਚੇ ਆ ਸਾਡੇ, ਚਾਰ ਧੀਆਂ ਨੇ ਸਾਡੇ, ਇਹ ਕੌਣ ਕਸੂਰਵਾਰ ਹੈ ਸਰਕਾਰਾਂ? ਜੇ ਤੁਸੀਂ ਚਾਹੁੰਦੇ ਹੋ ਨਾ ਸਾਡੇ ਘਰੇ ਸੱਥਰ ਨਾ ਵਿਛੜ, ਅਸੀਂ ਆਪਣੇ ਪੁੱਤਾਂ ਦੇ ਵਿਆਹਾਂ ਦੇ ਬੈਂਡ ਬਾਜੇ ਵਜਾਈਏ, ਆ ਮੇਰੀਆਂ ਭੈਣਾਂ ਉਹਨਾਂ ਦੇ ਮੱਥੇ ਦੇ ਸਿਹਰੇ ਸਜਾਉਣ, ਭਾਬੀ ਅੱਖਾਂ ਦੇ ਵਿੱਚ ਸੁਰਮਾ ਪਾਉਣ, ਸਾਡੇ ਘਰੇ ਨੂੰਹ ਆਉਣ ਚੂੜੇ ਵਾਲੀਆਂ, ਉਹ ਭਾਜੋ ਇਹਨਾਂ ਸਰਕਾਰਾਂ ਤੋਂ। ਆਪਾਂ ਉਦੋਂ ਵੋਟ ਲੱਖੇ ਸੁਧਾੜੇ ਤੋਂ, ਕਾਹਦੇ ਲਈ ਤੁਰਿਆ ਫਿਰਦਾ ਉਹ? ਕਦੇ ਪਹਾੜੀਆਂ ਪਿੱਛੇ, ਕਦੇ ਪੰਜਾਬੀ ਮਾਂ ਬੋਲੀ ਪਿੱਛੇ ਲੜ ਪਿਆ ਕਰਾਲੇ ਪਰਚੇ, ਦਿੱਲੀ ਜਾ ਕੇ ਯੱਬ ਪਾਲਿਆ ਕਰਾਲੇ ਪਰਚੇ, ਉਹ ਸਾਡੇ ਘਰਾਂ ਲਈ ਤੁਰਿਆ ਫਿਰਦਾ, ਆਪਦੇ ਘਰ ਪਿੱਛੇ ਨਹੀਂ ਤੁਰਿਆ ਫਿਰਦਾ। ਸੁਭਾਅ ਲਓ ਯਾਰ, ਮੈਂ ਕਹਿੰਦਾ ਜੇ ਲੱਖਾਂ ਕਿਤੇ, ਮੈਂ ਕਹਿੰਦਾ ਵੀ ਸਾਰੇ ਪੰਜਾਬ ਦੀ ਵੋਟ ਹੋਵੇ ਨਾ ਵੀ ਕੱਲੇ ਲੱਖੇ ਨੂੰ ਪੈਣੀ ਆ, ਆਹ ਮਾਲਵੇ ਦੁਆਬੇ ਵਾਲੇ ਭਰਾ ਜਿਹੜੇ ਮਾਝੇ ਵਾਲੇ ਤੁਰੇ ਫਿਰਦੇ ਆ, ਲੱਖਾਂ ਪਹਿਲੇ ਨੰਬਰ ਤੇ ਜਿੱਤੂਗਾ, ਸਾਰੇ ਪੰਜਾਬ ਦੀਆਂ ਵੋਟਾਂ ਇੱਕ ਤਾਂ ਪੈਣੀਆਂ ਹੋਣ। ਮੋੜ ਹਲਕੇ ਨੇ ਤੁਹਾਨੂੰ ਮੈਂ ਬੇਨਤੀ ਕਰਨ ਦੇ ਲਈ ਆਇਆ, ਕਿਉਂਕਿ ਮੇਰਾ ਘਰ ਕਬੱਡੀ ਤੋਂ ਚੱਲਦਾ, ਮੈਂ ਅੱਜ ਵੀ ਉਹ ਦਿਨ ਛੱਡ ਕੇ ਆਇਆ, ਜੋ ਮੈਂ ਕਬੱਡੀ ਤੋਂ ਕਮਾ ਕੇ ਲੈ ਜਾਂਦਾ ਉਹਦੇ ਨਾਲ ਮੇਰੇ ਘਰੇ ਰੋਟੀ ਪੱਕਦੀ ਹੈ, ਪਰ ਮੈਂ ਜੇ ਦੋ ਚਾਰ ਦਿਨ ਛੱਡ ਕੇ ਆਇਆ ਤੇ ਮੈਂ ਤੁਹਾਡੇ ਲਈ ਛੱਡ ਕੇ ਆਇਆ ਵੀ ਤੁਸੀਂ ਆਪਣੇ ਘਰ ਸਾਂਭ ਲਓ ਯਾਰ। ਜਦੋਂ ਆਹ ਕਿਸੇ ਦੇ ਘਰੇ ਪੱਲੀਆਂ ਵਿਛਦੀਆਂ ਨਾ, ਆਹ ਪੱਲੀਆਂ ਵਿਛਦੀਆਂ, ਮਾਂ ਰੋਂਦੀ ਹੈ, ਭੈਣ ਰੋਂਦੀ ਹੈ, ਬੱਗਾ ਟੁੱਟਦੀ ਹੈ, ਇਹ ਮੈਂ ਦੇਖੀ ਹੈ, ਮੇਰੇ ਘਰ ਦੀ ਕਹਾਣੀ ਹੈ, ਸਾਂਭ ਲਿਓ ਯਾਰ। ਆਹ ਤੁਹਾਨੂੰ ਮਗਰ ਲਾ ਕੇ ਆਪ ਉਹਨਾਂ ਨੇ ਕੀ ਕੁਛ ਕਰਤਾ, ਕਿਵੇਂ ਸਾਡੇ ਘਰਾਂ ਦੇ ਘਰ ਉਜਾੜਦੇ ਆ। ਕਹਿੰਦੇ ਆ ਨਾ ਦਿਨ ਤੇ ਰਾਤ 'ਚ ਫਰਕ ਹੈ, ਰੱਬ ਨੇ ਰਾਤ ਕਿਉਂ ਬਣਾਈ ਆ? ਦਿਨ ਨੂੰ ਤਾਂ ਦੱਸਣ ਦੇ ਲਈ, ਇਹ ਵੋਟਾਂ ਕਿਉਂ ਆਈਆਂ, ਲੱਖਾਂ ਸਾਨੂੰ ਕਿਉਂ ਆਇਆ ਸਾਡੇ ਸਾਹਮਣੇ, ਵੀ ਉਹ ਦਿਨ ਨੂੰ ਇਹ ਲੀਡਰਾਂ ਨੂੰ ਕਾਪ ਚੇਤੇ ਆ ਜਾਵੇ, ਜਿਤਾਲੋ ਯਾਰ ਲੱਖੇ ਨੂੰ, ਇੱਕ ਵਾਰੀ ਸਾਡੇ ਆਖੇ ਲਾ ਕੇ ਲੱਖੇ ਨੂੰ ਵੋਟ ਪਾ ਦਿਓ। 70 ਸਾਲ ਹੋ ਗਏ ਆਪਣੇ ਛਿੱਤਰ ਤਾਂ ਪਈ ਜਾਂਦੇ ਆ, ਕੁੱਟ ਤਾਂ ਪਈ ਜਾਂਦੀ ਪਹਿਲਾਂ ਵੀ, ਇਹਦੇ ਉੱਤੇ ਲੱਖਾਂ ਕੀ ਕਰ ਦੂਗਾ? ਪੱਕਾ ਜਿੱਤੂਗਾ। ਬਾਬਾ ਬਾਬਾ ਜਿਉਂਦੇ ਵਸਦੇ ਰਹੋ, ਸਾਡੀਆਂ ਦਿਲੋਂ ਦੁਆਵਾਂ ਹੈ, ਇਹਦਾ ਹਜਵਾ ਵੀ ਕਦਰ ਕਰ ਲਿਓ, ਰੱਬ ਦੀ ਸੋ ਦਿਲੋਂ ਬੋਲਿਆ ਜੋ ਬੋਲਿਆ। ਮੈਂ ਵੀ ਕੈਨੇਡਾ ਰਹਿ ਸਕਦਾ ਸੀ, 4 ਮਹੀਨੇ ਰਿਹਾ ਮੈਂ ਕੈਨੇਡਾ, ਨਹੀਂ ਯਾਰ ਮੇਰਾ ਪੰਜਾਬ ਹੈ। ਆਸਟ੍ਰੇਲੀਆ ਰਿਹਾ 3-4 ਮਹੀਨੇ, ਸਾਰਾ ਆਸਟ੍ਰੇਲੀਆ ਦੇਖਿਆ, ਨਹੀਂ ਯਾਰ ਮੈਂ ਪੰਜਾਬ ਜਾਣਾ ਹੈ। ਨਿਊਜ਼ੀਲੈਂਡ ਰਿਹਾ 2.5-3 ਮਹੀਨੇ, ਮਨੀਲਾ ਮਲੇਸ਼ੀਆ, ਸਾਰੇ ਘਰ ਸਾਰੇ ਦੇਸ਼ ਦੇਖ ਲਏ, ਪਰ ਮੇਰੇ ਪੰਜਾਬ ਵਰਗਾ ਕੋਈ ਨਹੀਂ। ਪਰ ਮੇਰੇ ਪੰਜਾਬ ਦੇ ਹਾਲਾਤ ਕੀ ਹੋ ਗਏ ਲੀਡਰਾਂ ਦੇ ਕੰਮ ਦੇ, ਬਈ ਆਸ ਹੈ ਦਿਲੋਂ ਦੁਆਵੇ ਤੁਹਾਡੇ ਲਈ, ਬਈ ਜਿਤਾ ਕੇ ਤੋਰਿਓ ਸੈਕਟਰੀ ਸਾਹਿਬ, ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ, ਮੈਂ ਵਾਅਦਾ ਕਰਕੇ ਜਾਇਓ ਅੱਜ। ਮਾਤਾ ਜੀ ਤੁਹਾਨੂੰ ਕਹਿੰਦਾ ਹੈ, ਮੇਰੀ ਮਾਂ ਰੋਂਦੀ ਚਲੀ ਗਈ ਹੈ ਦੁਨੀਆ ਤੋਂ, ਪਰ ਤੁਸੀਂ ਕੰਨਾਂ ਨੂੰ ਹੱਥ ਲਾ ਲਿਓ ਵੀ ਨਹੀਂ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਅਮਰੀਕ ਸਿੰਘ ਖੋਸਾ ਕੋਟਲਾ ਦਾ, ਜਿਨ੍ਹਾਂ ਨੇ ਆਪਣੀ ਇੱਕ ਦੁੱਖਾਂ ਭਰੀ ਦਰਦ ਕਹਾਣੀ ਦੇ ਵਿੱਚੋਂ ਇਹ ਪੂਰੇ 15 ਸਾਲ, 10 ਸਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਨੇ ਸਾਨੂੰ ਲੁੱਟਿਆ, ਸਮੈਕਾਂ ਵੰਡੀਆਂ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਬੇਅਦਬੀ 1 ਜੂਨ 2015 ਨੂੰ ਦਿਨ ਸ਼ੁੱਕਰਵਾਰ 1:34 ਤੇ ਬੈਬਰ ਗਲਾਂ ਦੀਆਂ ਗਲੀਆਂ ਦੇ ਵਿੱਚ ਖਿਲਾਰਿਆ ਗਿਆ, ਤੇ ਇਹਨਾਂ ਨੂੰ ਪੁੱਛਿਆ ਗਿਆ ਸਾਡੇ ਨੌਜਵਾਨਾਂ ਦੇ ਪਰਚੇ, ਸਾਡੇ ਤੇ ਡਾਂਗਾਂ ਭਰਾਈਆਂ, ਪਾਣੀ ਦੀਆਂ ਵਿਛਾੜਾਂ, ਅਣਪਛਾਤੀ ਪੁਲਿਸ, ਇਹਨਾਂ ਨੂੰ ਪੁੱਛੋ ਇਹ ਸਵਾਲ ਵੀ ਤੁਸੀਂ ਲਿਆ ਕੇ ਜ਼ਿੰਮੇਵਾਰ ਆ, ਇਹ ਚਿੱਟਾ ਜਾਂ ਸਮੈਕਾਂ ਵੰਡਣ ਵਾਲੇ 5 ਸਾਲ 8 ਮੁੱਛੇ ਦੀ ਜਿਹਨੂੰ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ, ਇਹਨੂੰ ਪੁੱਛੋ
भी इन्हें जाके की किया। गुटका साहब मथे लाके रौंपरा फूल की धरती से दाणा मंडी च सौ खाधी सी कि मैं चार हफ्तों के नशा बंद करके मैं सोनू जमा तो ऐ कर